ਬੀਜੇਪੀ ਹੈੱਡਕੁਆਟਰ ਵਿੱਚ ਇੱਕ ਮੀਟਿੰਗ ਹੋਈ ਹੈ ਔਰ ਮੀਟਿੰਗ ਦੇ ਵਿੱਚ ਆਉਣ ਵਾਲੀਆਂ ਇਲੈਕਸ਼ਨਸ ਨੂੰ ਲੈ ਕੇ ਸਟ੍ਰੈਟਜੀਜ਼ ਤਿਆਰ ਕੀਤੀਆਂ ਗਈਆਂ। ਸਾਡੇ ਨਾਲ ਸੁਰਜੀਤ ਕੁਮਾਰ ਜਿਆਣੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜਿਆਣੀ ਜੀ, ਕਿਸ ਤਰੀਕੇ ਦੀ ਮੀਟਿੰਗ ਰਹੀ ਔਰ ਕੀ ਇਸ ਦੇ ਵਿੱਚ ਸਟ੍ਰੈਟਜੀਜ਼ ਰੱਖੀਆਂ ਗਈਆਂ? ਦੇਖੋ, ਮੀਟਿੰਗ ਭਾਰਤੀ ਜਨਤਾ ਪਾਰਟੀ ਬੜੇ ਨਿਚਲੇ ਲੈਵਲ ਤੱਕ, ਬੂਥ ਤੱਕ ਔਰ ਪੰਨਾ ਪ੍ਰਮੁੱਖ ਤੱਕ ਅਸੀਂ ਜਾਂਦੇ ਹਾਂ। ਸਾਡਾ ਇੱਕ ਸਿਸਟਮ ਹੈ ਔਰ ਆ ਸਾਡੇ ਸਿਸਟਮ ਜਿਹੜਾ ਹੈ, ਇਸ ਕਰਕੇ ਅਸੀਂ ਵਾਰ ਵਾਰ ਸਰਕਾਰ ਬਣਾਉਂਦੇ ਹਾਂ। ਸਾਡੇ ਨਾਲ ਜਿਹੜਾ ਵਰਕਰ ਇੱਕ ਵਾਰ ਜੁੜ ਜਾਂਦਾ ਉਹ ਛੱਡਦਾ ਨਹੀਂ ਔਰ ਅਸੀਂ ਨਿਚਲੇ ਵਰਕਰ ਤੱਕ ਜਾਂਦੇ ਹਾਂ, ਨਿਚਲੀ ਸੁਵਿਧਾ ਜਿਹਨੂੰ ਜਿੱਥੇ ਉੱਥੇ ਤੱਕ ਜਾਂਦੇ ਹਾਂ। ਸਾਡੀ ਮੀਟਿੰਗ ਹੁੰਦੀ ਹੈ, ਆਹ ਨਹੀਂ ਕਿ ਅੱਜ ਕੋਈ ਮੀਟਿੰਗ ਪਹਿਲੀ ਹੋਈ ਹੈ, ਮੀਟਿੰਗ ਮਹੀਨੇ 'ਚ ਇੱਕ ਵਾਰੀ ਮੀਟਿੰਗ, ਦੋ ਵਾਰੀ ਮੀਟਿੰਗ ਔਰ ਅੱਜ ਮਤਲਬ ਦਫ਼ਤਰ ਦੇ ਵਿੱਚ ਚੰਡੀਗੜ੍ਹ ਹੋਈ ਹੈ, ਜ਼ਿਲ੍ਹਿਆਂ ਦੇ ਵਿੱਚ ਵੀ ਹੁੰਦੀ ਹੈ, ਮੰਡਲਾਂ ਦੇ ਵਿੱਚ ਵੀ ਹੁੰਦੀ ਹੈ, ਤਹਿਸੀਲਾਂ ਵਿੱਚ ਮੀਟਿੰਗ ਕਰਦੇ, ਰੂਟੀਨ ਦੀ ਹੈ। ਚਲੋ, ਹਮ ਥੋੜ੍ਹਾ ਜਿਹੀ ਸਰਗਰਮੀ ਆ, ਸਾਰੀ ਪਾਰਟੀਆਂ ਦੀ ਵੱਧ ਜਾਂਦੀ ਹੈ ਜਦੋਂ ਇਲੈਕਸ਼ਨ ਨੇੜੇ ਆਉਂਦੇ ਆ, ਤਾਂ ਇਸ ਕਰਕੇ ਸਾਡੀ ਪਾਰਟੀ ਦੀ ਸਰਗਰਮੀ ਬੜੀ ਹੈ। ਅਤੇ ਉਹਦੇ ਵਿੱਚ ਸਾਰੇ ਵਿਚਾਰ ਜਿਹੜੇ ਕਰਕੇ ਅਸੀਂ ਕੀ ਕੀਤਾ, ਕੀ ਖੋਇਆ, ਕੀ ਪਾਇਆ, ਉਹਦੇ 'ਤੇ ਮੰਥਨ ਕਰਕੇ ਅਸੀਂ ਗੱਲ ਕਰਨੀ। ਇਲੈਕਸ਼ਨਸ ਨੂੰ ਲੈ ਕੇ ਕੀ ਗੱਲ ਹੋਈ ਹੈ? ਇਲੈਕਸ਼ਨਸ ਜਿਹੜੀ ਆਉਣ ਵਾਲੀ ਇਲੈਕਸ਼ਨਸ ਨੂੰ ਲੈ ਕੇ ਕੋਈ ਸਟ੍ਰੈਟਜੀਜ਼ ਤਿਆਰ ਕੀਤੀ ਹੋਈ ਵੀ ਇਸ ਤਰੀਕੇ ਨਾਲ ਜਿਹੜਾ ਪ੍ਰਚਾਰ ਹੈ ਉਹ ਕਰਨਾ, ਪਹਿਲਾਂ ਯਾਤਰਾਵਾਂ ਨਿਕਲੀਆਂ ਔਰ ਹੁਣ ਲੋਕਾਂ ਨਾਲ ਜਿਹੜਾ ਗਰਾਊਂਡ ਤੱਕ ਮਿਲਣ ਦੇ ਕੋਈ ਸਟ੍ਰੈਟਜੀਜ਼ ਤਿਆਰ ਕੀਤੀ? ਉਹ ਤਾਂ ਹੈ, ਉਹ ਤਾਂ ਹੁੰਦਾ, ਲੋਕਾਂ ਨੂੰ ਮਿਲਣ ਨਾਲ ਹੀ ਪਾਰਟੀਆਂ ਸਰਕਾਰਾਂ ਬਣਦੀਆਂ, ਲੋਕਾਂ ਨਾਲ ਮਿਲਣ ਨਾਲ ਹੀ ਵੋਟਾਂ ਵੱਧਦੀਆਂ। ਉਹ ਤਾਂ ਪਾਰਟੀ ਦੀ ਸਕੀਮ ਪਹਿਲੇ ਦਿਨ ਤੋਂ ਚੱਲਦੀ ਹੈ। ਕਈ ਨੀਤੀਆਂ ਜਿਹੜੀਆਂ ਕੇਂਦਰ ਦੀਆਂ ਨੇ ਉਹ ਅਜੇ ਤੱਕ ਗਰਾਊਂਡ ਲੈਵਲ ਤੱਕ ਲੋਕਾਂ ਨੂੰ ਪਤਾ ਹੀ ਨਹੀਂ ਹੈ, ਜਿਵੇਂ ਅਸੀਂ ਰੂਰਲ ਏਰੀਆ 'ਚ ਲੈ ਲਈਏ, ਪਿੰਡਾਂ ਥਾਵਾਂ 'ਚ ਲੈ ਲਈਏ, ਲੋਕਾਂ ਨੂੰ ਪਤਾ ਹੀ ਨਹੀਂ ਹੈ ਜੋ ਸਕੀਮਾਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀਆਂ। ਅੱਜ ਲੋਕ ਇੰਨੇ ਭੋਲੇ ਨਹੀਂ ਹੈ, ਸਭ ਲੋਕਾਂ ਨੂੰ ਪਤਾ ਹੈ ਕਿ ਇਹ ਅਨਾਜ ਜਿਹੜਾ ਹੈ ਇਹ ਕਿੱਥੋਂ ਆ ਰਿਹਾ, ਇਹ ਸਿਲੰਡਰ ਕਿਹਨੇ ਦਿੱਤੇ ਹੈ, ਆਯੁਸ਼ਮਾਨ ਸਕੀਮ ਕਿਹਦੀ ਹੈ, ਕਿਸਾਨ ਨਿਧੀ ਕਿਹਦੀ ਹੈ, ਮਕਾਨ ਕੌਣ ਬਣਾ ਕੇ ਦੇ ਰਿਹਾ, ਟੋਇਲਟ ਕੌਣ ਬਣਾ ਕੇ ਦੇ ਰਿਹਾ, ਇੰਨੀਆਂ ਚੌੜੀਆਂ ਲੰਬੀਆਂ ਸੜਕਾਂ ਕੌਣ ਦੇ ਰਿਹਾ, ਸਭ ਨੂੰ ਪਤਾ ਹੈ। ਅੱਜ ਲੋਕ ਅਣਜਾਣ ਨਹੀਂ ਹੈ, ਪਰ ਕੀ ਹੈ, ਲੋਕਾਂ ਨੂੰ ਜਗਾਉਣਾ ਪੈਂਦਾ, ਥੋੜ੍ਹਾ ਜਿਹਾ ਹੱਲਾਸ਼ੇਰੀ ਕਰਨੀ ਪੈਂਦੀ ਹੈ, ਜਗਾਉਣਾ ਪੈਂਦਾ ਔਰ ਲੋਕਾਂ ਨੂੰ ਪਤਾ ਹੈ। ਦੁਨੀਆ ਅੱਜ ਬੜੀ ਸਮਝਦਾਰ ਹੋ ਚੁੱਕੀ ਹੈ, ਜਾਣ ਚੁੱਕੀ ਹੈ ਲੋਕ। ਲੋਕਾਂ ਦੇ ਨਾਲ ਜੇਕਰ ਗੱਲ ਕਰੀ ਤਾਂ ਹੁਣ ਆਉਣ ਵਾਲੇ ਇਲੈਕਸ਼ਨਸ ਨੂੰ ਲੈ ਕੇ ਇੰਡੀਆ ਅਲਾਇੰਸ ਦੇ ਨਾਲ ਜਿਹੜਾ ਕੋਈ ਕਿੰਨਾ ਕੁ ਫਰਕ ਜਿਹੜਾ ਬੀਜੇਪੀ ਨੂੰ ਪਵੇਗਾ, ਔਰ ਬੀਜੇਪੀ ਦਾ ਕਿਸੇ ਨਾਲ ਗੱਠਬੰਧਨ ਹੋਊਗਾ ਅੱਗੇ ਜਾ ਕੇ ਜਾਂ ਕੋਈ ਹਜੇ ਤੱਕ ਨਹੀਂ, ਇਸ ਤਰ੍ਹਾਂ ਦੀ ਗੱਲ ਹੋਈ? ਇੰਡੀਆ ਅਲਾਇੰਸ ਤਾਂ ਖਿੰਡ ਗਿਆ, ਇਹਨਾਂ ਦੇ ਕਿਹੜਾ, ਦੇਖੋ ਨਿਤੀਸ਼ ਕੁਮਾਰ ਜਿਹੜਾ ਲੈ ਕੇ ਚੱਲਿਆ ਸੀਗਾ, ਅਤੇ ਇਹਨਾਂ ਦੇ ਜਿੰਨੇ ਵੀ ਆਉਂਦੇ ਸਾਰੇ ਪ੍ਰਧਾਨ ਮੰਤਰੀ ਦੇ ਦਾਅਵੇਦਾਰ ਬਣ ਕੇ ਆਉਂਦੇ ਹੈ, ਔਰ ਫਿਰ ਇਹਨਾਂ ਦੇ ਇੱਕ ਦੂਸਰੇ ਦਾ ਅਸਰ ਕਿੱਥੇ ਹੈ? ਇਹ ਖੇਤਰੀ ਪਾਰਟੀਆਂ ਕਿੱਥੇ ਇੰਡੀਆ ਉਹ ਨਹੀਂ ਬਣਾ ਸਕਦੀ, ਔਰ ਇੰਡੀਆ ਬਣਾ ਵੀ ਲਿਆ ਤਾਂ ਕੋਈ ਬੈਨੀਫਿਟ ਕਿਸੇ ਨੂੰ, ਕੋਈ ਕਿਸੇ ਨੂੰ ਦੂਜੇ ਨੂੰ ਨਹੀਂ ਦੇ ਸਕਦਾ। ਮੁਲਾਇਮ ਸਿੰਘ ਜਿਹੜਾ ਹੈ ਦੂਸਰੀ ਜਗ੍ਹਾ ਨਹੀਂ ਦੇ ਸਕਦਾ, ਮਾਇਆਵਤੀ ਉੱਧਰ ਨਹੀਂ ਦੇ ਸਕਦੀ, ਕੋਈ ਕਿਸੇ ਨੂੰ, ਆਪਣਾ ਆਪਣੇ ਸਟੇਟ ਦੇ ਨਾਲ ਅਸਰ ਹੈ, ਨਾ ਕਿ ਇਹ ਸਾਰੀ ਜਗ੍ਹਾ ਮਤਲਬ ਹੈ। ਆਖਰੀ ਸਵਾਲ ਹੈ, ਬੀਜੇਪੀ ਦਾ ਜਿਹੜਾ ਚੰਡੀਗੜ੍ਹ ਦੇ ਵਿੱਚ ਮੇਅਰ ਬਣਿਆ, ਉਹ ਸਾਰਾ ਵਰਤਾਰੇ ਨੂੰ ਕਿਵੇਂ ਦੇਖਦੇ ਹੋ, ਜਿਵੇਂ ਪ੍ਰੈਜ਼ਾਈਡਿੰਗ ਅਫਸਰ ਵੱਲੋਂ ਕਾਂਟੇ ਮਾਰੇ ਗਏ ਔਰ ਹੁਣ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ, ਪੂਰੇ ਕਿਵੇਂ ਦੇਖ ਰਹੇ? ਠੀਕ ਹੈ, ਸੁਪਰੀਮ ਕੋਰਟ ਦੇਖੇਗੀ, ਅਗਰ ਗਲਤ ਕੀਤਾ ਹੈ ਤਾਂ ਗਲਤ ਹੈ, ਉਹ ਤਾਂ ਕੋਰਟ ਦੇ ਵਿੱਚ ਗੱਲ ਚੱਲੀ ਜਾਂਦੀ ਹੈ, ਤਾਂ ਉਹਦੇ ਵਿੱਚ ਆਪਾਂ ਕੁਛ ਨਹੀਂ ਕਹਿ ਸਕਦੇ। ਧੰਨਵਾਦ। ਤਾਂ ਹੁਣ ਸਰਗਰਮੀਆਂ ਜਿਹੜੀਆਂ ਨੇ ਉਹ ਲਗਾਤਾਰ ਜਾ ਰਹੀ ਹੈ, ਮੀਟਿੰਗਸ ਜਿਹੜੀਆਂ ਉਹ ਪੰਜਾਬ ਦੇ ਬੀਜੇਪੀ ਦੇ ਦਫ਼ਤਰ ਦੇ ਵਿੱਚ ਚੱਲ ਰਹੀਆਂ, ਔਰ ਕਿਸ ਤਰੀਕੇ ਦੇ ਤਮਾਮ ਮੁੱਦਿਆਂ ਦੇ ਉੱਪਰ ਅੰਦਰ ਵੀ ਸਟ੍ਰੈਟਜੀਜ਼ ਜਿਹੜੀ ਉਹ ਬਣਾਈ ਜਾ ਰਹੀ ਹੈ ਕਿ ਆਉਣ ਵਾਲੀਆਂ ਇਲੈਕਸ਼ਨਸ ਨੂੰ ਕਿਸ ਤਰੀਕੇ ਦੇ ਨਾਲ ਜਿੱਤਣਾ ਔਰ ਕਿਹੜੇ ਕਿਹੜੇ ਮੁੱਦੇ ਜਿਹੜੇ ਉਹ ਸਾਹਮਣੇ ਰੱਖੇ ਜਾਣਗੇ। ਕੈਮਰਾ ਪਰਸਨ ਸੁਮਿਤ ਦੇ ਨਾਲ ਮਨਜੋਤ ਕੰਗ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ।